ਲੈ ਪੀਤਾ ਬੈਠਦੇ ਤੇਰੀ ਹੋ ਗਈ ਸੈੱਟ। ਮੇਰੀ ਇੱਕ ਗੱਲ ਸੁਣ ਲਾ, ਆ ਤੇਰੀ ਸਿਰਫ ਜਿੱਦ ਕਰਕੇ ਨਾ ਤੈਨੂੰ ਬੈੱਡ ਲਿਆ ਦਿੱਤੇ ਆ ਮੈਂ। ਮੈਂ ਨਹੀਂ ਚਾਹੁੰਦਾ ਕਿ ਜਿਹੜੀ ਰਕਮ ਸਾਡੇ ਕੋਲ ਹੈਗੀ ਆ, ਜਿਹੜੇ ਪੈਸਿਆਂ ਨੂੰ ਮਿਲਿਆ ਉਹ 'ਚ ਇੱਕ ਰੁਪਈਆ ਵੀ ਭੁਰਾਂ, ਪਰ ਫਿਰ ਵੀ ਹੌਲੀ ਹੌਲੀ ਕਰਕੇ ਨਾ ਵਿੱਚੋਂ ਪੈਸੇ ਭੁਰਦੇ ਜਾਣ ਡੇ ਆ। ਇੱਕ ਤਾਂ ਤੂੰ ਬਿਮਾਰ ਹੋ ਗਈ, ਆ ਗੰਦ ਮੰਦ ਖਾਂਦੀ ਰਹੀ ਆ, ਜੇ ਤੂੰ ਉਹ ਨਾ ਖਾਂਦੀ ਫਲ ਫਰੂਟ ਖਾ ਲੈਂਦੀ ਨਾ ਨਾਲੇ ਤੇਰੀ ਸਿਹਤ ਬਣਦੀ। ਉਹਦੇ ਵੀ ਤੇਰੇ ਪੈਸੇ ਬੇਕਾਰ ਗਏ ਨਾ, ਕਿੰਨੇ ਪੈਸੇ ਤੂੰ ਲਵਾ ਕੇ ਰੱਖਦੇ ਆ। ਹੁਣ ਮੈਂ ਉਹ ਤੱਕ ਕੋਈ ਚੀਜ਼ ਨਹੀਂ ਲੈ ਕੇ ਆਉਣੀ ਜਿੰਨਾ ਚਿਰ ਤੱਕ ਮੈਂ ਕੋਈ ਕੰਮ ਨਹੀਂ ਕਰਦਾ। ਚਲੋ ਠੀਕ ਆ, ਗਾਂ ਤੋਂ ਚੀਜ਼ ਤਾਂ ਮੈਂ ਨਹੀਂ ਮੰਗਦੀ, ਪਰ ਆ ਵੀ ਤਾਂ ਘਰ ਦੀ ਚੀਜ਼ ਬਣੀ ਆ। ਤੁਸੀਂ ਵੇਖੋ ਕਿੱਦਾਂ ਦੇ ਸੀ ਪਹਿਲਾਂ ਬੈੱਡ, ਫੱਟੇ ਜੇ ਸੀ ਤੇ ਹੁਣ ਸੋਹਣੇ ਲੱਗਦੇ ਆ, ਆਏ ਗਏ ਵੀ ਸੋਹਣੇ ਲੱਗਣਗੇ ਤੇ ਉਂਝ ਵੀ ਕਮਰਾ ਫੱਬਦਾ ਹੈ ਪੂਰਾ। ਫੱਬਦਾ ਤਾਂ ਮੈਨੂੰ ਵੀ ਲੱਭਣ ਡਿਆ ਫੱਬਦਾ ਵਾ, ਪਰ ਗਾਂ ਕੋਈ ਕੰਮ ਚਲਾਉਣਾ ਕਿ ਨਹੀਂ ਆਪਣਾ, ਤੇ ਤਾਂ ਫੱਬਦੀ ਵੇਖਣੀ ਆ ਵੀ ਸੋਹਣੀ ਲੱਗਦੀ ਆ ਚੀਜ਼, ਤੇ ਦੱਸ ਪੈਸਾ ਵੀ ਕੋਈ ਚੀਜ਼ ਹੁੰਦਾ ਵਾ, ਤੂੰ ਸਾਂਭਾਂਗੇ ਅੱਜ ਪੈਸਾ ਤਾਂ ਕੱਲ੍ਹ ਨੂੰ ਸਾਡੇ ਕੰਮ ਆਜੂਗਾ। ਤੇ ਠੀਕ ਆ, ਵੀ ਤਾਂ ਸਾਂਭਿਆ ਹੀ ਆ, ਉਧਰ ਜਿਠਾਣੀ ਮੇਰੀ ਏਡੀ ਵੱਡੀ ਕੋਠੀ ਪਾ ਦੇ ਲੱਗੀ ਆ, ਤਾਂ ਅਸੀਂ ਇੱਕ ਬੈੱਡ ਨਹੀਂ ਲਿਆ ਸਕਦੇ ਕਮਰੇ 'ਚ? ਕਿਸੇ ਨਾਲ ਰੀਸ ਨਹੀਂ ਕਰੀਦੀ ਹੁੰਦੀ, ਉਹਨਾਂ ਦੇ ਬੰਦੇ ਬਾਹਰ ਵਾ, ਅਗਲੇ ਕਮਾਈ ਕਰਨ ਡੇ ਆ, ਅਸੀਂ ਅਜੇ ਘਰ ਹੀ ਤੁਰੇ ਫਿਰਨ ਡੇ ਆ ਵਿਹਲੇ। ਕਮਾਈ ਤੁਸੀਂ ਜਾਣ ਕੇ ਨਹੀਂ ਕੀਤੀ, ਮੈਂ ਤਾਂ ਕਿਹਾ ਸੀ ਵੀ ਕੋਈ ਨਾ ਕੋਈ ਖੋਲ੍ਹ ਲੈਂਦੇ ਆ ਕੋਈ ਨਾ ਕੋਈ ਕੰਮ। ਜਿਹੜੇ ਤੂੰ ਕੰਮ ਆਉਂਦੀ ਆ ਨਾ, ਉਹ ਕੰਮ ਸਾਨੂੰ ਵਾਰਾ ਨਹੀਂ ਖਾਂਦੇ ਹੈਗੇ। ਉਹ ਠੀਕ ਆ ਬਾਬਾ, ਜੇ ਨਵਾਂ ਬੈੱਡ ਆ ਹੀ ਗਿਆ ਵਾ ਤੇ ਕਿਤੇ ਬਹਿ ਕੇ ਵੇਖ ਲੈਂਦਾ ਤਾਂ ਉਦੋਂ ਦਾ ਲੈਕਚਰ ਹੀ ਦੇਈ ਜਾਣ ਡੇ ਹੋ। ਲੈਕਚਰ ਦੀ ਗੱਲ ਨਹੀਂ ਆ, ਸੱਚ ਦੱਸਾਂ ਨਾ ਤੈਨੂੰ ਤੇ ਮੈਂ ਵੀ ਡਰਦੇ ਨੇ ਤੇਰੀ ਰੀਝ ਪੂਰੀ ਕਰਤੀ ਆ, ਵੀ ਕੀ ਪਤਾ ਤੈਨੂੰ ਕਿਹੜੇ ਵੇਲੇ ਬੁਲਾਵਾ ਆ ਜਾਣਾ ਵਾ, ਤੇ ਉੱਥੇ ਜਾ ਕੇ ਮੇਰੀ ਜਾਨ ਰੋਂਦੀ ਰਹੇਗੀ, ਫਿਰ ਮੇਰੇ ਸੁਪਨੇ 'ਚ ਆ ਕੇ ਨਾ ਮੈਨੂੰ ਤੰਗ ਕਰੇਗੀ। ਇਹਨੂੰ ਚੰਗਾ ਇਹੋ ਹੀ ਆ ਵੀ ਜਿੰਦੇ ਜੀ ਤੇਰੀ ਰੀਝ ਪੂਰੀ ਕਰਦੀ ਏ। ਆਹੋ, ਤੁਸੀਂ ਤੇ ਮੈਨੂੰ ਮਾਰ ਕੇ ਹੀ ਖੁਸ਼ ਜੇ, ਅੱਗੇ ਤੁਹਾਡੇ ਸਾਰੇ ਟੱਬਰ ਨੇ ਨਾ ਮੈਨੂੰ ਨਜ਼ਰ ਲਾ ਕੇ ਰੱਖਤੀ ਆ, ਮੇਰਾ ਸਾਰਾ ਖਾਣਾ ਪੀਣਾ ਬੰਦ ਹੋ ਗਿਆ ਵਾ, ਮੈਨੂੰ ਹੀ ਪਤਾ ਮੈਂ ਕਿੱਦਾਂ ਦੇਣ ਕੱਢਣ ਡਈ ਆ, ਮੇਰੀਆਂ ਸਾਰੀਆਂ ਚਟਪਟੀਆਂ ਚੀਜ਼ਾਂ ਬੰਦ ਹੋ ਗਈਆਂ ਵਾ, ਮਾਰ ਮਾਰ ਕੇ ਦੇਣ ਕੱਢਣ ਡਈ ਮੈਂ ਕਿਤੇ। ਕਿਸੇ ਨੇ ਬੰਦ ਕੀਤੀਆਂ ਵਾ? ਆਪਣੇ ਕਰਤੱਬੀਆਂ ਕਰਾਈਆਂ ਵਾ, ਨਾ ਇੰਨਾ ਖਾਂਦੀ ਤੇ ਨਾ ਬੰਦ ਹੁੰਦੀਆਂ। ਥੋੜਾ ਥੋੜਾ ਹੀ ਖਾਂਦੀ ਆ, ਤੁਸੀਂ ਦੋਨੋਂ ਵੀ ਨਜ਼ਰ ਲਾ ਛੜੀ ਆ। ਥੋੜਾ ਥੋੜਾ ਚੰਗਾ ਹੀ ਓ, ਹੋਰ ਮੈਂ ਕਿੰਨਾ ਕੁ ਖਾ ਲੈਣਾ ਵਾ ਕਿਤੇ। ਲੈ ਨਿਜੀਤਾ, ਆ ਕਿਹੜੇ ਵੇਲੇ ਮੋਰਚਾ ਮਾਰ ਲਿਆ ਈ ਓ? ਲੈ ਭੈਣਾ, ਉਦੋਂ ਹੀ ਮੋਰਚਾ ਮਾਰਿਆ ਜਦੋਂ ਤੂੰ ਘਰ ਨਹੀਂ ਖਲੋਂਦੀ। ਹੱਦ ਹੋ ਗਈ ਆ ਤੇਰੇ ਵਾਲੀ, ਹੁਣ ਮੈਂ ਇਕੱਲੀ ਘਰ ਹੀ ਹੈਗੀ ਆ, ਬਥੇਰੇ ਮੈਂ ਕੰਮ ਕਾਰ ਕਰਨੇ ਹੁੰਦੇ ਆ, ਕਮੇਟੀਆਂ ਮੈਂ ਪਾਈਆਂ, ਤਾਂ ਤੇ ਮੇਰੇ ਕੋਲ ਟਾਈਮ ਲੱਗਦਾ ਨੀ ਘਰ ਰਹਿਣ ਦਾ, ਤੇ ਹੁਣ ਮੈਨੂੰ ਪਤਾ ਲੱਗਾ ਸੀ ਤੇ ਮੈਂ ਕਿਹਾ ਚਲੋ ਜਾ ਕੇ ਮੈਂ ਵਧਾਈ ਦੇ ਦਿੰਦੀ ਆ, ਪਰ ਤੂੰ ਨਾ ਹਰ ਵੇਲੇ ਸੜੀ ਰਹਿੰਦੀ ਆ। ਭਾਜੀ ਇਹਨੂੰ ਕੀ ਖਵਾਲਦੇ ਜੇ? ਖਵਾਲਣਾ ਕੀ ਆ, ਇਹਦਾ ਸਭ ਕੁਝ ਬੰਦ ਕੀਤਾ ਵਾ। ਚੱਲ ਹੁਣ ਲੈ, ਮੈਂ ਸੜੀ ਕਾਹਦੀ ਰਹੀ ਆ, ਤੂੰ ਪੁੱਛਿਆ ਤਾਂ ਮੈਂ ਤੈਨੂੰ ਦੱਸਤਾ ਵੀ ਤੂੰ ਘਰ ਨਹੀਂ ਖਲੋਂਦੀ, ਤੈਨੂੰ ਪਤਾ ਕਿੱਦਾਂ ਲੱਗੇ ਵੀ ਬੈੱਡ ਕਿਹੜੇ ਵੇਲੇ ਆਏ ਆ? ਮੈਨੂੰ ਤੂੰ ਇਹ ਦੱਸ ਇਹ ਕਿੰਨੇ ਦੇ ਆਏ ਆ? ਬਸ ਕਿੰਨੇ ਦੇ ਆਏ ਤੁਸੀਂ ਦੱਸੋ? 17,000 ਦੇ ਆਏ ਆ। 17,000 ਦੇ? ਠੀਕ ਆ ਠੀਕ ਆ, ਤੇ ਉਹ ਫਿਰ ਪਾਰਟੀ ਕਦੋਂ ਦੇਂਗੇ? 17,000 ਦੇ ਗੱਲੇ ਬੈੱਡ ਹੀ ਆ, ਗੱਦੇ ਵੱਖਰੇ ਆ। ਅੱਛਾ ਅੱਛਾ, ਮੈਂ ਕਹਿੰਦਾ ਦੋਵੇਂ ਚੀਜ਼ਾਂ 17,000 ਚ। ਲੈ ਸ਼ਕਲ ਵੇਖ, ਤੂੰ ਬੈੱਡਾਂ ਦੀ ਕਿੱਡੀ ਸੋਹਣੀ ਆ, ਦੋਵੇਂ ਚੀਜ਼ਾਂ 17,000 ਚ। ਬੈੱਡ ਤੇ ਸੱਚੀ ਬੜੇ ਸੋਹਣੇ ਆ, ਬਹੁਤ ਸੋਹਣੇ ਬੈੱਡ ਲੱਗਣ ਡੇ ਆ। ਚੱਲ ਹੁਣ ਮੈਨੂੰ ਤੂੰ ਇਹ ਦੱਸ ਬੈੱਡਾਂ ਦੀ ਪਾਰਟੀ ਕਦੋਂ ਦੇਣੀ ਆ? ਲੈ ਪਾਰਟੀ ਦੇਣ ਨੂੰ ਮੈਂ ਕਿਹੜਾ ਜਹਾਜ਼ ਖਰੀਦ ਲਿਆ, ਅੱਗੇ ਬੈੱਡ ਹੀ ਖਰੀਦੇ ਆ ਨਾ। ਹਾਏ ਹਾਏ, ਮਾੜਾ ਮੋਟਾ ਮੂੰਹ ਮਿੱਠਾ ਤੇ ਕਰਾ ਹੀ ਸਕਦੀ ਆ ਨਾ? ਨਾ ਜੀ, ਮੂੰਹ ਮਿੱਠਾ ਕਾਹਦਾ ਕਰਾਵਾਂ, ਸਾਡਾ ਤਾਂ ਲੂਣਾ ਮਿੱਠਾ ਫਿੱਕਾ ਸਭ ਕੁਝ ਬੰਦ ਵਾ, ਤੇ ਜੇ ਸਾਡਾ ਆਪਣਾ ਬੰਦ ਆ ਤਾਂ ਅਸੀਂ ਕਿਸੇ ਨੂੰ ਵੀ ਕਿਉਂ ਖਵਾਲਣਾ ਵਾ? ਖਿਚੜੀ ਬਣੀ ਆ, ਦਾਲ ਮਸਰਾਂ ਦੀ ਬਣੀ ਆ, ਉਹ ਖਾਣੀ ਆ ਤੇ ਦੱਸ। ਪ੍ਰੀਤੀ, ਇਹਨਾਂ ਨੇ ਕਿਹੇ ਪਾਸੇ ਲੱਗਣਾ, ਜਦੋਂ ਮਿੱਠਾ ਹੀ ਖਾਣਾ ਨਾ, ਜਦੋਂ ਖੰਡ ਖਾਣਾ ਮਸਾ। ਹੱਦ ਹੀ ਹੋ ਗਈ ਆ ਧਰਮ ਨਾ, ਕੰਜੂਸ ਤੇ ਦੁਨੀਆ ਮੈਂ ਬੜੀ ਵੇਖੀ ਸੀ, ਪਰ ਤੁਹਾਡੇ ਜਿੰਨਾ ਕੰਜੂਸ ਤੇ ਦੁਨੀਆ ਤੇ ਕੋਈ ਨਹੀਂ ਹੈਗਾ ਵੀ। ਚੱਲ ਤੂੰ ਨਾ ਸਾਰੀਆਂ ਗੱਲਾਂ ਛੱਡ, ਅੜੀਏ ਆਹ ਮੈਂ ਸੂਟ ਸਵਾਇਆ ਵਾ, ਤੈਨੂੰ ਨਾ ਮੈਂ 3-4 ਵਾਰੀ ਪਾਇਆ ਵਾ, ਅਤੇ ਨਾ ਮੇਰੇ ਮਨ ਨੂੰ ਹੀ ਨਹੀਂ ਲੱਗਣ ਡਿਆ, ਜ਼ਾਰਾ ਖੱਟਾ ਰੰਗ ਵਾ, ਅਤੇ ਬਣਿਆ 2,500 ਦਾ, ਅਤੇ ਤੂੰ ਇੱਦਾਂ ਕਰ, ਤੈਨੂੰ 200 ਰੁਪਇਆ ਜਾ ਛੱਡਿਆ, ਅਤੇ 2,300 ਰੁਪਇਆ ਮੈਨੂੰ ਦੇ ਦੇ, ਅਤੇ ਆਹ ਸੂਟ ਆਹ ਰੱਖ ਲਾ। ਤੂੰ ਇੰਝ ਕਰ, ਹਾਂ ਤੂੰ 200 ਨਾ ਛੱਡ, ਤੂੰ ਸੀਪਾ ਸਪਾਇਆ ਦੁਕਾਨ 'ਤੇ ਦੇ ਅਤੇ ਪੂਰਾ 2,500 ਲੈ ਗਿਆ।
500 ਤੇ ਮੈਨੂੰ ਮਿਲ ਜਾਣਾ ਸੀ, ਉਹਨੇ ਲੈ ਵੀ ਲੈਣਾ ਸੀ ਸੂਟ, ਪਰ ਨਖੱਤਿਆ ਹੁਣ ਮੈਂ ਸਵਾ ਲਿਆ ਵਾ ਨਾ, ਦੁਕਾਨਦਾਰੀ ਦਾ ਸੂਟ ਰੱਖ ਦੇਣੀ ਨਾ ਫਿਰ ਵਾਪਸ। ਅੱਛਾ, ਤੇ ਮੈਨੂੰ ਦੇ ਰਹੀ ਹੈ ਤੂੰ ਪੈਸੇ ਥੋੜੇ ਕਰਕੇ, ਤੇ ਤੂੰ ਫ੍ਰੀ 'ਚ ਹੀ ਦੇ ਦੇ ਹਾਂ। ਓ ਨਹੀਂ ਨਹੀਂ ਜੀ, ਤਾਂ ਤੈਨੂੰ ਵੀ ਪਤਾ ਖਰਚਾ ਕਿੰਨਾ ਲੱਗ ਗਿਆ ਵਾ, ਤਾਂ ਕਰਕੇ ਮੈਂ ਕਹਿੰਦੀ ਚੱਲ 200 ਰੁਪਈਆ ਤੈਨੂੰ ਛੱਡ ਹੀ ਦਿੱਤਾ ਨਾ। 200 ਰੁਪਈਆ ਭਾਜੀ ਕਿਹੜੀ ਥੋੜੀ ਚੀਜ਼ ਹੁੰਦੀ ਆ, ਬਥੇਰੇ ਹੁੰਦੇ 200 ਰੁਪਈਏ ਦਾ ਕੀ ਨਹੀਂ ਸਮਾਨ ਆ ਜਾਂਦਾ। ਜੇ ਮੈਂ ਇਹ ਸੂਟ ਨਾ ਲਵਾਂ ਤੇ ਤੇਰੇ ਮਨ ਨੂੰ ਤੇ ਅੱਗੇ ਨਹੀਂ ਲੱਗਣ ਡਿਆ, ਤੇ ਫਿਰ ਤੂੰ ਕੀ ਕਰੇਂਗੇ ਇਹਦਾ? ਜੇ ਤੇ ਤੂੰ ਮੈਨੂੰ ਪੈਸੇ ਦੇ ਦਿੰਦੀ ਆ ਤੇ ਫਿਰ ਤਾਂ ਠੀਕ ਆ, ਜੇ ਤੂੰ ਪੈਸੇ ਨਹੀਂ ਦਿੰਦੀ ਤੇ ਫਿਰ ਮੈਨੂੰ ਬੈੱਡ 'ਚ ਰੱਖ ਛੱਡਦਾ। ਬੈੱਡ 'ਚ ਰੱਖ ਛੱਡਣਾ ਵਾ ਤੇ ਉਦਾਂ ਨਾ ਕਹਿ ਨੂੰ ਤਈ, ਆਖੀ ਵੀ ਚੱਲ ਭੈਣ ਹੀ ਆ ਮੇਰੀ, ਪਾਲੇ ਇਹ ਵੀ। ਅੱਛਾ, ਇਹਦੀ ਬੈੱਡ ਦੀ ਵਧਾਈ ਮੰਗੀ ਆ ਤੇ ਉਦੋਂ ਤੇ ਤੂੰ ਐਡਾ ਵੱਡਾ ਚਿੱਠਾ ਕੱਢ ਕੇ ਸੁਣਾਤਾ ਮੈਨੂੰ ਤੇ ਹੁਣ ਮੈਂ ਤੇਰੀ ਭੈਣ ਬਣ ਗਈ ਆ। ਅੱਛਾ, ਤੇ ਬੈੱਡ ਦੀ ਵਧਾਈ ਦੇ ਤੇ ਤੂੰ ਹੁਣ ਪਾਲਟੀ ਮੰਗਣ ਡਈ ਆ, ਤੇ ਬੈੱਡ ਦੀ ਵਧਾਈ ਦੀ ਮੈਂ ਪਾਲਟੀ ਕਿੱਦਾਂ ਦੇ ਦਾਂ? ਮੈਨੂੰ ਸਭ ਕੁਝ ਬੰਦ ਵਾ, ਗਾੜੀ ਸੂਟ ਥੋੜੀ ਪਾਉਣੇ ਬੰਦ ਆ ਮੈਨੂੰ। 20,000 ਰੁਪਈਆ ਲਾ ਦੇਣਾ, ਰੱਖਣਾ ਤੇ ਰੱਖ ਲਾ, ਨਹੀਂ ਰੱਖਣਾ ਤੇ ਤੇਰੀ ਮਰਜ਼ੀ ਆ, ਨਹੀਂ ਤੇ ਫਿਰ ਬੈੱਡ 'ਚ ਤੇ ਪਿਆ ਹੀ ਰਹੂਗਾ। ਨਹੀਂ ਚੱਲੀ ਕਿੱਥੇ ਚਤਰਾ, ਗੱਲ ਸੁਣ ਜਾ ਮੇਰੀ, ਤੇਰੇ ਵਰਗੀ ਨਾ ਮੇਰੀ ਵੀ ਇੱਕ ਮਾਸੀ ਹੁੰਦੀ ਸੀ, ਮੈਨੂੰ ਆਉਂਦੀ ਸੀ ਮੇਰੀ ਕੁੜੀ ਨੇ ਚੱਲ ਜਾਣਾ ਬਾਹਰ, ਉਹਦੇ ਸਾਰੇ ਸੂਟ ਨਾ ਤੂੰ ਪਾ ਲਈ, ਤੇ ਕੁੜੀ ਤੇ ਉਹਦੀ ਚੱਲ ਗਈ ਬਾਹਰ, ਉਹਦਾ ਨਾ ਹੌਂਸਲਾ ਹੀ ਨਹੀਂ ਪਿਆ ਮੈਨੂੰ ਸੂਟ ਦੇਣ ਦਾ, 5-7 ਸਾਲ ਸੂਟ ਬੈੱਡ 'ਚ ਹੀ ਰੁਲਦੇ ਰਹੇ, ਹੁਣ ਜਾ ਕੇ ਨਾ 10 ਸਾਲੀ ਬਾਅਦ ਮੈਨੂੰ ਆਉਂਦੀ ਆ ਤੇ ਮੇਰਾ ਨਾ ਬੈੱਡ ਭਰਿਆ ਵਾ, ਮੈਂ ਕਦੀ ਉੱਧਰ ਰੱਖਣੀ ਕਦੀ ਉੱਧਰ ਰੱਖਣੀ ਆ, ਤੇ ਸੂਟ ਨਾ ਤੂੰ ਲੈ ਜਾ ਸਾਰੇ, ਤੇ ਮੈਂ ਉਹ ਸੂਟ ਫੂਕਣੇ ਆ ਜਦੋਂ ਉਹਨਾਂ ਦਰਵਾਜ ਲੰਘ ਗਿਆ, ਉਹੀ ਹਿਸਾਬ ਤਾਂ ਤੇਰਾ ਵਾ, ਤੇਰਾ ਵੀ ਸੂਟ ਨਾ ਇੱਦਾਂ ਹੀ ਬੈੱਡਾਂ 'ਚ ਰੁਲਦਾ ਰਹਿਣਾ ਵਾ, ਮੁੜ ਕੇ ਕਿਆ ਕੰਮ ਵੀ ਨਹੀਂ ਆਉਣਾ। ਨਹੀਂ ਸਾਰੇ ਹੀ ਸਮਝਦੇ ਹੁੰਦੇ ਸੀ ਵੀ ਜੀਤਾਂ ਤੇ ਸ਼ਦੈਣ ਆ, ਇਹਦੇ ਹੱਥ ਤੇ ਹੱਥ ਮਾਰ ਕੇ ਨਾ ਇਹਨੂੰ ਠੱਗ ਲਓ, ਪਰ ਹੁਣ ਜੀਤਾਂ ਨਾ ਪਹਿਲਾਂ ਵਰਗੀ ਨਹੀਂ ਰਹੀ, ਅਗਲ ਆ ਗਈ ਹੈ ਮੈਨੂੰ, ਦੁਨੀਆ ਵੱਲ ਵੇਖ ਕੇ ਨਾ ਤੇ ਮੈਂ ਵੀ ਸਮਝਦਾਰ ਹੋ ਗਈ ਹਾਂ, ਤੂੰ ਜਾ ਕੰਮ ਕਰ ਜਾ ਕੇ ਆਪਣਾ। ਵੱਡੀ ਆਈ ਮੈਨੂੰ ਚਾਰਨ? ਚਾਰਨ ਤੇ ਨਹੀਂ ਮੈਂ ਤੈਨੂੰ ਆਈ, ਸੁਲਾ ਹੀ ਮਾਰੀ ਸੀ। ਨਹੀਂ ਸੁਲਾ ਤਾਂ ਚੰਗੀ ਮਾਰੀ ਆ, 2500 ਤਾਂ ਸੁਣਾ ਕੇ 2300 ਦਾ ਮੈਨੂੰ ਸੂਟ ਫੜਾਉਣ ਡਈ ਆ, ਵਾਧੂ ਘੱਟੂ ਸੂਟ ਪਾ ਕੇ ਹੋਰ 10 ਦਿਨਾਂ ਨੇ ਵੇਖੀ ਇਹਦਾ ਮਾਡਲ ਪੁਰਾਣਾ ਹੋ ਜਾਣਾ ਵਾ, ਵੱਡੀ ਸੂਟ ਲਈ ਫਿਰਦੀ ਐਡੀ। ਨਹੀਂ ਮੇਰੇ ਸੂਟ ਨੂੰ ਤੂੰ ਮਾਡਲ ਪੁਰਾਣਾ ਦੱਸਦੀ ਆ, ਆਪ ਤੂੰ ਕਿਤੇ ਕਿੰਨੇ ਕੁ ਨਵੇਂ ਮਾਡਲ ਦੀ ਆ, ਤੈਨੂੰ ਵੀ ਤੇ ਝੱਲਣੀ ਡੇ ਨਾ ਇਸ ਘਰ ਦੇ ਵਿੱਚ। ਅੱਛਾ, ਤੂੰ ਹੁਣ ਕੀ ਚਾਹੁੰਦੀ ਆ ਵੀ ਹੁਣ ਉਹ ਮੈਨੂੰ ਕੱਢ ਕੇ ਤਾਂ ਨਵਾਂ ਵਿਆਹ ਕਰ ਲੈ ਹੈਂ? ਤੂੰ ਤੇ ਅੱਗ ਲਾਉਣ ਨੂੰ ਫੇਰਨ ਡੀ ਆ, ਉਹ ਅੱਗੇ ਮੈਨੂੰ ਗੱਲ ਗੱਲ ਤੇ ਆਂਦੇ ਆ ਵੀ ਤੂੰ ਮਾਰ ਜਾਣਾ, ਤੂੰ ਫਲਾਣ ਹੋ ਜਾਣਾ ਤੈਨੂੰ। ਤੁਸੀਂ ਭਾਜੀ ਦੱਸੋ ਇਹ ਕਦੋਂ ਦੀ ਵਿਆਹੀ ਆ ਤੇ ਕਦੋਂ ਦੀ ਇਹ ਜੰਮੀ ਆ? ਤੇ ਤੂੰ ਬੜੀ 2024 'ਚ ਜੰਮੀ ਆ, ਤੂੰ ਵੀ ਪੁਰਾਣਾ ਮਾਡਲ ਹੀ ਆ। ਮੈਂ ਕੋਈ ਪੁਰਾਣਾ ਮਾਡਲ ਨਹੀਂ, ਇੱਧਰ ਵੇਖ ਵਾਲ ਸਿੱਧੇ, ਤੂੰ ਤੇ ਉਦਾਂ ਹੀ ਜੂੜਾ ਜੜਾ ਕਰਕੇ ਤੇ ਬੀਬੀ ਜੀ ਬਣ ਕੇ ਬੈਠੀ ਰਹਿੰਦੀ ਆ। ਵਾਲ ਸਿੱਧੇ ਆ ਤਾਂ ਤੂੰ ਮਾਡਲ ਨਵਾਂ ਹੋ ਗਿਆ। ਮੈਂ ਹੈਗੀ ਆ। ਉਹ ਜਾ ਜਾ ਕੰਮ ਜਾ ਜਾ, ਤੂੰ ਚੁੱਪ ਰਹਿ ਠੀਕ ਆ, ਸਾਡਾ ਪੜਨ ਆਈ ਬੈੱਡ ਦੀ ਵਧਾਈ ਦੇਣੀ ਆ, ਤੂੰ ਤਾਂ ਲੜਾਈ ਪਾਉਣ ਆਈ ਆ ਤੇ ਘਰ। ਮੈਂ ਤੇ ਕੋਈ ਲੜਾਈ ਪਾਉਣ ਨਹੀਂ ਆਈ ਆ। ਜਾ ਭੈਣਾ ਜਾ, ਤੂੰ ਭਾਜੀ ਇਹਨੂੰ ਚੁੱਪ ਕਰਾ ਲਓ, ਫਿਰ ਨਾ ਆਖਿਓ ਮੈਂ ਨਹੀਂ ਜੀ ਬਖਸ਼ਣਾ ਹੈਗਾ ਕਿ ਮੈਂ ਤੋਂ ਵੱਡੀ ਆ। ਜਿਹੜੇ ਤੂੰ ਲੰਮੇ ਜੇ ਵਾਲ ਦੱਸਣ ਦੀ ਨਾ, ਮੈਂ 2 ਜਿਹੜੇ ਹੈਗਾ ਉਹ ਵੀ ਖੋ ਛੱਡਨੇ, ਫਿਰ ਮੈਂ ਹੱਥ ਲਾ ਕੇ ਦੱਸ ਆ ਗਾ। ਤੂੰ ਹੱਥ ਲਾ ਕੇ ਦੱਸ ਨਾ ਆ ਫਿਰ। ਆਹੋ ਜਾਨੀ ਕਿਉਂ ਵਾ? ਬਸ ਕਰ ਜੀਤਾ, ਤੂੰ ਕਿਉਂ ਖੱਪੀ ਜਾਣ ਦੀ ਉਹਨਾਂ ਨਾਲ, ਉਹ ਤੇ ਅੱਗੇ ਉਦਾਂ ਦੀ ਆ, ਉਦਾਂ ਗੱਲ ਵੇਖੀ ਆ, ਤੈਨੂੰ ਸਿਰਫ 10 ਦਿਨ ਹੋਏ ਆ ਆ ਬਰਗਰ ਪੀਜੇ ਬੰਦ ਕੀਤਿਆਂ ਨੂੰ, ਤੇ ਵੇਖ ਲਾ ਕਿੱਦਾਂ ਉਹਨੂੰ ਚੁਣ ਚੁਣ ਕੇ ਜਵਾਬ ਦਿੱਤੇ ਆ, ਉਹਨੂੰ ਕੋਈ ਗੱਲ ਨਹੀਂ ਆਈ, ਨਹੀਂ ਤੇ ਇਹ ਤਾਂ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੀ ਹੁੰਦੀ। ਆਹੋ ਤੇ ਇਹਨੂੰ ਮੈਂ ਕੀ ਜਾਣਦੀ ਆ, ਆਹ ਤਾਂ ਤੁਸੀਂ ਮੈਨੂੰ ਡੱਕ ਲਿਆ, ਨਹੀਂ ਤੇ ਜਿਹੜੇ ਆ ਚਾਰਕ ਵਾਲ ਸਿੱਧੇ ਕਰਾਈ ਫਿਰਦੇ ਨਾ, ਇਹਦੀ ਮੈਂ ਇਹੋ ਜਿਹੀਆਂ ਗੁੰਝਲਾਂ ਪਾਉਣੀਆਂ ਹੈ ਨਾ, ਸਾਰੀ ਜ਼ਿੰਦਗੀ ਕਿਸੇ ਕੋਲ ਨਿਕਲਣੀਆਂ ਨਹੀਂ। ਉਹ ਰਹਿਣ ਤਾਂ ਜੀਤਾ, ਤੂੰ ਬਹਿਰ ਮਾਨ ਕਰ, ਅੱਗੇ ਤਾਂ ਠੀਕ ਆ ਗਈ, ਪਾਣੀ ਲਿਆਵਾਂ ਤੇਰੇ ਵਾਸਤੇ? ਲੈ ਆਓ, ਉਦਾਂ ਵੀ ਮਰਦੀ ਦੇ ਮੂੰਹ 'ਚ ਪਾਉਣਾ ਹੀ ਆ, ਹੁਣ ਪਿਆਲ ਦਿਓ ਜਿੰਦੀ ਨੂੰ। ਨਹੀਂ ਨਹੀਂ ਹੁਣ ਨਹੀਂ ਤੂੰ ਮਰਦੀ, ਹੁਣ ਤੂੰ ਪੂਰੀ ਫੌਜ ਆ ਗਈ ਆਪਣੀ, ਗੱਲਾਂ ਹੀ ਵਾਧੂ ਤੁਸੀਂ ਵੀ ਕਰੀ ਜਾਂਦੇ ਹੋ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੀਦੀ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ। ਹਾਏ ਦੀਦੀ ਜੀ, ਤੁਸੀਂ ਤੇ ਅੱਜ ਸੋਹਣੇ ਬੜੇ ਲੱਗਣ ਡੇ ਜੇ। ਥੈਂਕ ਯੂ ਦੀਦੀ। ਤੁਸੀਂ ਕਿਤੇ ਚੱਲੇ ਜੇ? ਨਹੀਂ ਦੀਦੀ, ਅਸੀਂ ਮੱਥਾ ਟੇਕ ਕੇ ਆਏ ਸੀ ਮਾਤਾ ਚਿੰਤਪੁਰਨੀ 'ਤੇ, ਬਸ ਅਜੇ ਆਉਣ ਹੀ ਤਏ ਹਾਂ।
ਹਿਮਾਚਲ ਪ੍ਰਦੇਸ਼ ਦੂਰ ਤੇ ਕੋਈ ਨਹੀਂ ਦੀਦੀ ਜਾਂਦੇ ਰਹਿੰਦੇ ਆ ਨਾ ਅਸੀਂ ਸਾਨੂੰ ਲੱਗਦਾ ਨਹੀਂ ਆ ਚਿੰਤਪੁਰਨੀ ਬੰਗਲਾ ਮੁਖੀ ਉਦੋਂ ਹੀ ਸਾਲ ਬਾਅਦ ਜਾਣਾ ਹੁੰਦਾ 11 ਜੂਨ ਪਰਮਾਨੈਂਟ ਜਾਣਾ ਹੁੰਦਾ ਹੈ ਤੇ ਫਿਰ ਭਾਜੀ ਇੱਕ ਕੰਮ ਕਰਿਓ ਹਾਂ ਮੇਰਾ ਤੇ ਆਪੋ ਬੜਾ ਜੀ ਕਰਦਾ ਜਾਣ ਨੂੰ ਮੈਂ ਸੁਣਿਆ ਬੜੀ ਵਾਰੀ ਆ ਤੇ ਜਦੋਂ ਕਿਤੇ ਤੁਸੀਂ ਜਾਓਗੇ ਫਿਰ ਮੈਨੂੰ ਵੀ ਨਾਲ ਲੈ ਜਾਓਗੇ ਕੋਈ ਗੱਲ ਨਹੀਂ ਅਸੀਂ ਜਾਂਦੇ ਰਹੀਦਾ ਵਾ ਤੇ ਮੈਨੂੰ ਮੜ ਜਾ ਫੋਨ ਕਰਕੇ 2 ਦਿਨ ਪਹਿਲਾਂ ਦੱਸ ਦਿਓ ਹੈ ਹਾਂਜੀ ਕੋਈ ਨਹੀਂ ਠੀਕ ਆ ਜੀ ਠੀਕ ਆ ਤੇ ਉਹ ਭਾਜੀ ਮੇਰਾ ਸੂਟ ਬਣ ਗਿਆ ਕਿ ਜਾਂ ਨਹੀਂ ਹਾਂਜੀ ਸੂਟ ਤੁਹਾਡੇ ਹੋ ਗਏ ਅੱਛਾ ਅੱਛਾ ਦਿਓ ਦਿੱਤਾ ਸੂਟ ਉਹ ਦਿਨ ਤਾਂ ਹਨੇਰਾ ਹੋ ਗਿਆ ਕਾਫੀ ਛੱਡ ਕੇ ਆਇਆ ਮੈਂ ਤੇ ਘਰ ਕੋਈ ਨਹੀਂ ਕੀ ਗੱਲਬਾਤ ਹਾਏ ਭਾਜੀ ਤੁਸੀਂ ਕੀ ਪੁੱਛਦੇ ਜੇ ਕਿ ਗੱਲਬਾਤ ਨਹੀਂ ਹੋਈ ਮੇਰੀ ਸੱਸ ਤੇ ਜਾਂਦਿਆਂ ਨੂੰ ਬੂਹੇ ਅੱਗੇ ਖਲੋਤੀ ਸੀ ਉਹ ਤੇ ਮੇਰੇ ਨਾਲ ਹੀ ਗੱਲ ਪੈ ਗਈ ਆਹੇ ਤੂੰ ਕਿਹਦੇ ਨਾਲ ਆਈ ਆ ਤੇ ਮੈਂ ਕਿਹਾ ਉਹ ਤੇ ਮੇਰੇ ਵੀਰ ਲੱਗਦੇ ਆ ਤੇ ਮੇਰੇ ਵੀਰ ਜੀ ਮੈਨੂੰ ਛੱਡ ਕੇ ਗਏ ਆ ਅੱਛਾ ਤੂੰ ਵੀਰ ਬਣਾ ਲਿਆ ਅੱਜ ਕੱਲ੍ਹ ਕੋਈ ਨਹੀਂ ਵੀਰ ਬਣਦਾ ਹੈਗਾ ਉਹ ਤੇ ਮੇਰੇ ਦੁਆਲੇ ਹੋ ਗਈ ਪਰ ਮੈਂ ਵੀ ਬੋਲਣ ਨਹੀਂ ਦਿੱਤਾ ਹੈਗਾ ਮੈਂ ਕਿਹਾ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਵੀ ਚੰਗੇ ਵੀ ਬਥੇਰੇ ਹੁੰਦੇ ਆ ਨਹੀਂ ਸਾਡਾ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੋਰ ਹੋਰ ਕੀ ਭਾਜੀ ਹੋਰ ਐਵੇਂ ਕਈਆਂ ਦੀ ਆਦਤ ਇਦਾਂ ਦੀ ਹੁੰਦੀ ਹੈ ਨਹੀਂ ਸਮਝਦੀਆਂ ਬੁੱਢੀਆਂ ਨੂੰ ਦੀਦੀ ਇੱਕ ਗੱਲ ਹੋਰ ਹੈ ਨਾ ਅਨਪੜ ਬੁੱਢੀਆਂ ਆ ਜਿਨ੍ਹਾਂ ਦਾ ਪੁਰਾਣਾ ਜਿੱਤਾ ਮੰਨ ਲਓ ਕਹਿ ਲਈਏ ਨਾ ਆਪਾਂ ਤੇ ਇਹਨਾਂ ਦੀ ਸੋਚ ਉੱਥੇ ਹੀ ਅੜੀ ਆ ਜੇ ਕਿਤੇ ਮੁੰਡੇ ਨਾਲ ਕੁੜੀ ਚੱਲ ਗਈ ਆ ਤੇ ਪਤਾ ਨਹੀਂ ਖਰੇ ਹਰ ਕੇ ਤਾਂ ਕੋਈ ਭੈਣ ਭਰਾ ਦਾ ਵੀ ਰਿਸ਼ਤਾ ਹੁੰਦਾ ਭਾਜੀ ਉਂਝ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਸੱਸ ਤੇ ਚੱਲ ਫਿਰ ਵੀ ਮੇਰੀ ਮਾੜੀ ਚੰਗੀ ਆ ਪਰ ਜਿਹੜੀ ਮੇਰੀ ਵੱਡੀ ਜਠਾਣੀ ਆ ਨਾ ਇਹ ਵੱਢਣ ਵਾਲੀ ਆ ਅਸਲ 'ਚ ਇਹ ਲੁੱਤੀ ਬੜੀ ਲਾਉਂਦੀ ਆ ਵੇਖਣ ਤੋਂ ਬੜੀ ਭੋਲੀ ਲੱਗਦੀ ਆ ਕਿਤੇ ਆਓਗੇ ਨਾ ਮੇਰੇ ਘਰ ਵੇਖਿਓ ਸਹੀ ਤੁਸੀਂ ਕਹਿਣਾ ਹੀ ਨਹੀਂ ਆ ਕਿ ਇਹ ਕਿਤੇ ਜਨਾਨੀ ਆ ਕਿਤੇ ਚੁੱਕਣਾ ਦਿੰਦੀ ਹੋਗੀ ਤੇ ਜਿਹੜੀ ਦੂਜੇ ਨੰਬਰ ਵਾਲੀ ਆ ਉਹ ਤੇ ਜਿੱਦਾਂ ਨਾ ਹਰ ਵੇਲੇ ਬਿੱਲੀ ਵਾਂਗੂ ਰਾਹ ਕੱਟਣ ਨੂੰ ਫਿਰਦੀ ਆ ਅੱਗੇ ਅੱਗੇ ਰਹਿਣਾ ਤੇ ਉਹਨੇ ਪੁੱਛ ਨਹੀਂ ਰਹਿਣਾ ਕਿੱਥੇ ਆਈ ਆ ਕਿੱਥੇ ਚੱਲੀ ਆ ਹੁਣ ਘਰੋਂ ਵੱਖ ਬਾਹਰ ਆ ਤੁਹਾਨੂੰ ਪਤਾ ਕੱਲੀ ਮੈਂ ਜਨਾਨੀ ਆ ਤੇ ਮੈਨੂੰ ਵੀ ਕੰਮ ਸਾਰੇ ਕਰਨੇ ਪੈਂਦੇ ਆ ਪਰ ਹੈਨੀ ਆ ਲੋਕੀ ਬੜੇ ਉਂਤਰੇ ਹਾਂਜੀ ਦੇਖੋ ਦੋ ਜਠਾਣੀਆਂ ਤੁਹਾਡੀਆਂ ਹਾਂਜੀ ਦੋ ਵੱਡੀਆਂ ਵਾ ਆਹੋ ਤੇ ਇਹਨਾਂ ਨੂੰ ਹੁੰਦਾ ਨਾ ਇੱਕ ਇਹ ਵੀ ਚੀਜ਼ ਹੋ ਜਾਂਦੀ ਨਾ ਵੀ ਕੁਛ ਨਾ ਕੋਈ ਪੁਆਇੰਟ ਨਿਕਲਦਾ ਹੀ ਰਵੇ ਤੇ ਇਹ ਬੁਰੀ ਬਣਦੀ ਜਾਵੇ ਬਸ ਬਸ ਜੀ ਮੈਂ ਸਹੀ ਆਪਣੇ ਆਪ ਮੈਂ ਨਾ ਮੈਨੂੰ ਨਾ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਕਮੇਟੀਆਂ ਪਾ ਤੇ ਮੈਂ ਬੁਰਿਆ ਪਾਪਾ ਨੂੰ ਆਪਣੀ ਦੂਜੇ ਨੰਬਰ ਵਾਲੀ ਜਠਾਣੀ ਨੂੰ ਕਹਿਤਾ ਕਿ ਤੂੰ ਵੀ ਮੇਰੇ ਨਾਲ ਜੇ ਕਮੇਟੀ ਪਾ ਲਾ ਗਾੜੀ ਦੱਸਾ ਕੀ ਆਂਦੀ ਕਹਿੰਦੀ ਚੱਲ ਕੋਈ ਨਹੀਂ ਤੂੰ ਕਮੇਟੀ ਪਾ ਜੇ ਤੇ ਘਾਟਾ ਪੈ ਜੂਗਾ ਫਿਰ ਤੇ ਮੈਂ ਨਹੀਂ ਪਾਉਂਦੀ ਤੇ ਜੇ ਤੈਨੂੰ ਫਾਇਦਾ ਹੋਊਗਾ ਤੇ ਕੋਈ ਨਹੀਂ ਮੈਂ 2000 ਵੱਧ ਪਾ ਲੂੰਗੀ ਐਡੀ ਜਲਾਕ ਜੇ ਮੈਨੂੰ ਪਤਾ ਤੁਹਾਡੇ ਤੇ ਯਕੀਨ ਮੈਨੂੰ ਤੇ ਬੜੇ ਜਾਣਿਆਂ ਨੇ ਦੱਸਿਆ ਕਿ ਜਿੰਨਾ ਕੋ ਤੂੰ ਸੂਟ ਸਵਾਉਣ ਡੀ ਆ ਉਹਦੇ ਸੂਟ ਹੀ ਬੜੇ ਸੋਹਣੇ ਸੀਂਦੇ ਆ ਉਹਨਾਂ ਦੀ ਤੇ ਕਹਿੰਦੇ ਕਿਤੇ ਸ਼ਿਕਾਇਤ ਦਾ ਮੌਕਾ ਹੀ ਨਹੀਂ ਮਿਲਦਾ ਹੈਗਾ ਹਾਂ ਇਹਦੇ ਨਾਲ ਸਲਵਾਰ ਸੂਟ ਤੇ ਆ ਪਲਾਜ਼ੋ ਸੂਟ ਠੀਕ ਹੈ ਭਾਜੀ ਸਵਾਈ ਕਿੰਨੀ ਸਵਾਈ ਕਿੰਨੀ ਫਿਟਿੰਗ ਇੱਕ ਵਾਰੀ ਚੈੱਕ ਕਰੋ ਉਹ ਨਹੀਂ ਨਹੀਂ ਭਾਜੀ ਫਿਰ ਵੀ ਸਵਾਈ ਦੱਸ ਦਿਓ ਤੁਸੀਂ ਦੀਦੀ ਵੈਸੇ ਤੇ ਤੁਸੀਂ ਫਸਟ ਟਾਈਮ ਆਏ ਜੇ ਤੇ ਲਾਈਨਿੰਗ ਵਾਲੇ ਦਾ ਤੁਹਾਡੇ ਕੋਲ ਲਾ ਕੇ 800 ਭਾਜੀ 800 ਰੁਪਇਆ ਹਾਂਜੀ ਤੇ ਕੋਈ ਨਹੀਂ ਭਾਜੀ ਤੁਸੀਂ ਤੇ ਭਾਵੇਂ 1000 ਰੁਪਇਆ ਮੰਗ ਲੈਂਦੇ ਮੈਂ ਤਾਂ ਵੀ ਨਹੀਂ ਸੀ ਮਨਾ ਕਰਨਾ ਜਿੰਨੇ ਤੁਸੀਂ ਸੋਹਣੇ ਮੇਰੇ ਸੂਟ ਸੀਤੇ ਆ ਹਾਂਜੀ ਕੋਈ ਨਹੀਂ ਆ ਲਓ ਭਾਜੀ ਹੁਣ ਜਦੋਂ ਤੁਸੀਂ ਜਾਣਾ ਫਿਰ ਮੈਨੂੰ ਦੱਸ ਦਿਓ ਠੀਕ ਆ ਹਾਂਜੀ ਹਾਂਜੀ ਤੁਹਾਨੂੰ ਭੈਣ ਕਿਹਾ ਵਾ ਲੈ ਕੇ ਜਾਵਾਂਗੇ ਠੀਕ ਹੈ ਜੀ ਠੀਕ ਆ ਚਲੋ ਜੀ ਦੋਨਾਂ ਦਾ
1600 ਹਾਂਜੀ ਚਲੋ ਠੀਕ ਹਾਂਜੀ ਬਾਕੀ ਇੱਕ ਵਾਰੀ ਫਿਟਿੰਗ ਚੈੱਕ ਕਰਕੇ ਕੋਈ ਗੱਲ ਹੀ ਨਹੀਂ ਹਾਂਜੀ ਹੋਰ ਥੋੜੀ ਦੇਰ ਖਲੋਂਦੇ ਇੱਕ ਤੇ ਇਹਨਾਂ ਨੂੰ ਰਾਤ ਪੈ ਜਾਣੀ ਸੀ ਫੇਰ ਕਹਿਣਾ ਸੀ ਛੱਡ ਕੇ ਆਓ ਇਹ ਤੇ ਗੱਲ ਠੀਕ ਆ ਪਰ ਜਿਹੜਾ ਨਾਲ ਜਾਂਦਾ ਕਹਿ ਗਿਆ ਉਹਨਾਂ ਦਾ ਕੀ ਕਰਨਾ ਚਲੋ ਕੋਈ ਨੀ ਜਦੋਂ ਜਾਣਾ ਉਦੋਂ ਵੇਖ ਲਾਂਗੇ ਉਹ ਤੇ ਗੱਲ ਠੀਕ ਆ ਪਰ ਇਹ ਇਦਾਂ ਦਾ ਹਿਸਾਬ ਆ ਵੀ ਜੇ ਜਾਣਾ ਹੋਵੇ ਨਾ ਸ਼੍ਰੀ ਹਰਗੋਬਿੰਦਪੁਰ ਨੂੰ ਇਹਨਾਂ ਨੂੰ ਕਾਦੀਆਂ ਦਾ ਦੱਸਦੇ ਵੀ ਅਸੀਂ ਕਾਦੀਆਂ ਹਨਾ ਇਹਦੇ ਥੋੜੀ ਦੇਰ ਹੋਰ ਰੁਕ ਜਾਂਦੇ ਨਾ ਇਹਨਾਂ ਨੇ ਆਪ ਕੰਮ ਕਰਨਾ ਹੀ ਨਾ ਸਾਨੂੰ ਹੀ ਕਰਨ ਦੇਣਾ ਸਾਨੂੰ 12 ਵਜ ਜਾਣੇ ਸੀ ਹਾਂਜੀ ਚਲੋ ਕੋਈ ਨਹੀਂ ਜਦੋਂ ਜਾਣਾ ਹੋਊਗਾ ਉਦੋਂ ਵੇਖੀ ਜਾਊਗੀ ਆਪਾਂ ਆਪਣਾ ਚਲੋ ਹੁਣ ਤੇ ਵੇਖੀਏ ਹਾਂਜੀ ਠੀਕ ਆ ਚਲੋ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਮੈਨੂੰ ਨਾ ਇੱਕ ਫੇਸ਼ੀਅਲ ਕਿੱਟ ਦਿਓ ਕਿੱਦਾਂ ਦਾ ਚਾਹੀਦਾ ਡੀ ਟੈਨ ਚਾਹੀਦਾ ਗਲੋ ਚਾਹੀਦਾ ਕਿ ਬ੍ਰਾਈਡਲ ਚਾਹੀਦਾ ਭਾਜੀ ਤੁਸੀਂ ਮੈਨੂੰ ਨਾ ਗਲੋ ਵਾਲਾ ਦੇ ਦਿਓ ਵਧੀਆ ਜਿਹਾ ਹੋਵੇ ਮਹਿੰਗਾ ਜਿਹੜਾ ਹੋਵੇ ਠੀਕ ਆ ਮੈਂ ਨਾ ਘਰੇ ਜਾ ਕੇ ਫੇਸ਼ੀਅਲ ਕਰਨਾ ਚਾਹੁੰਦੀ ਹਾਂ ਮੇਰਾ ਫੇਸ ਖਰਾਬ ਹੋ ਹੀ ਜਾਣ ਰਿਹਾ ਠੀਕ ਆ ਠੀਕ ਹਾਂਜੀ ਠੀਕ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਦੋ ਚਾਰ ਤਰ੍ਹਾਂ ਦੇ ਜਿੰਨੇ ਤਰ੍ਹਾਂ ਦੇ ਹੈਗੇ ਆ ਦੇਖੋ VLCC ਦਾ ਹੈਗਾ ਹਾਂਜੀ ਆ ਓਸ਼ੀਆ ਦਾ ਹੈਗਾ ਜੀ ਆ ਓਸ਼ੀਆ ਦਾ ਗੋਲਡ ਹੈਗਾ ਆਪਣੇ ਕੋਲ ਤੇ ਮਾਮਾ ਅਰਥ ਦਾ ਵੀ ਹੈਗਾ ਜੀ ਆਪਣੇ ਕੋਲ ਭਾਜੀ ਤੁਸੀਂ ਮੈਨੂੰ ਇਹ ਦੱਸੋ ਇਹਨਾਂ ਸਾਰਿਆਂ ਦੇ ਵਿੱਚੋਂ ਆ ਵੀ VLC ਜਿਹੜਾ ਟੈਨ ਰਿਮੂਵਰ ਜਿਹੜਾ ਤੁਹਾਨੂੰ ਕਿਹਾ ਟੈਨ ਭਾਜੀ ਇਹਨਾਂ ਸਾਰੇ ਚੋਂ ਵਧੀਆ ਕਿਹੜਾ ਆ ਵਧੀਆ ਤੇ ਵੇਖੋ ਆਹ ਸਾਡੇ ਕੋਲ ਦੋ ਫੇਸ਼ੀਅਲ ਹੈਗੇ ਆ ਇੱਕ ਆ O3 ਦਾ ਜੀ ਤੇ ਆ ਇੱਕ ਸਾਡਾ ਹੋਰ ਵਧੀਆ ਰੈਡੀਸਨ ਦਾ ਬਹੁਤ ਵਧੀਆ ਤੇ ਚੰਗਾ ਕਸਟਮਰ ਆ ਇਹਦਾ ਤੇ ਇਹਨਾਂ ਚੋਂ ਜਿਹੜਾ ਮਰਜ਼ੀ ਤੁਸੀਂ ਘਰ ਖੜ ਕੇ ਵੀ ਕਰ ਸਕਦੇ ਜੇ ਜਿੱਦਾਂ ਮਰਜ਼ੀ ਕਰ ਸਕਦੇ ਭਾਜੀ ਜੇ ਮੰਨ ਲਓ ਮੈਂ ਆਹ ਵਾਲਾ ਫੇਸ਼ੀਅਲ ਕਰਦੀ ਆ ਹਾਂਜੀ ਤੇ ਮੇਰਾ ਫੇਸ ਵਧੀਆ ਲੱਗੂਗਾ ਸੋਹਣਾ ਡੈਪੂਗਾ ਫਰਕ ਨਜ਼ਰ ਆਊਗਾ ਨਹੀਂ ਨਹੀਂ ਪੂਰਾ ਗਲੋ ਆਊਗਾ ਦੋਵਾਂ ਚੋਂ ਆਊਗਾ ਪਰ ਆ ਜਿਹੜਾ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਦੇ ਦੂਗਾ ਇਹ ਸੌਖਾ ਵਾ ਘਰ ਕਰਨਾ ਆ ਜਿਹੜਾ ਕਰਨਾ ਬਹੁਤ ਸੌਖਾ ਚਲੋ ਠੀਕ ਆ ਫਿਰ ਭਾਜੀ ਆਹ ਮੈਂ ਰਹਿਣ ਦਿੰਦੀ ਤੇ ਆਹ ਵਾਲਾ ਮੈਂ ਲੈ ਜਾਂਦੀ ਹਾਂ ਤੇ ਵੇਖਿਓ ਸਹੀ ਜਦੋਂ ਮੈਂ ਇਹਨੂੰ ਕੀਤਾ ਨਾ ਤੇ ਮੇਰੀਆਂ ਜਠਾਣੀਆਂ ਨੇ ਸੜ ਕੇ ਸਵਾਹ ਹੀ ਹੋ ਜਾਣਾ ਕਿ ਇਹਦਾ ਮੂੰਹ ਇੰਨਾ ਸੋਹਣਾ ਹੋ ਗਿਆ ਵਾ ਠੀਕ ਆ ਤੇ ਨਜ਼ਰ ਆਊਗਾ ਨਾ ਫਰਕ ਫਿਰ ਨਜ਼ਰ ਆਊਗਾ ਲੇਕਿਨ ਜੇ ਤੁਸੀਂ ਮੈਂ ਤਾਂ ਕਹਿੰਦਾ ਤੁਸੀਂ ਇੱਕ ਵਾਰੀ ਘਰ ਨਾ ਕਰੋ ਸੇ ਸਾਡੇ ਪਾਰਲਰ ਤੋਂ ਕਰਾ ਕੇ ਵੇਖੋ ਇੱਕ ਵਾਰੀ ਠੀਕ ਆ ਇੱਕ ਵਾਰੀ ਕਰਾ ਕੇ ਵੇਖੋ ਤੇ ਤੁਹਾਨੂੰ ਰਿਜ਼ਲਟ ਆਊਗਾ ਪੂਰਾ ਇਹਦਾ ਤੁਹਾਡੇ ਪਾਰਲਰ ਵੀ ਹੈ ਹਾਂਜੀ ਹਾਂਜੀ ਸਾਡੇ ਕੋਲ ਸਭ ਤੋਂ ਪੁਰਾਣਾ ਪਾਰਲਰ ਸਾਡਾ ਹੀ ਆ ਹਰਚੋਵਾਲ ਤੇ ਸਭ ਤੋਂ ਪਹਿਲਾ ਪਾਰਲਰ ਸਾਡਾ ਵਾ ਇੱਕ ਵਾਰੀ ਕਰਾ ਕੇ ਵੇਖੋ ਤੁਹਾਨੂੰ ਆਪੇ ਇਹਦਾ ਰਿਜ਼ਲਟ ਦਾ ਪਤਾ ਲੱਗੂਗਾ ਵਧੀਆ ਚੀਜ਼ ਆ ਬਿਲਕੁਲ ਚਲੋ ਠੀਕ ਆ ਫਿਰ ਭਾਜੀ ਕੋਈ ਨਹੀਂ ਤੁਸੀਂ ਮੇਰੇ ਇੱਥੇ ਫੇਸ਼ੀਅਲ ਕਰ ਲਓ ਠੀਕ ਆ ਹਾਂਜੀ ਠੀਕ ਆ ਠੀਕ ਲਵਲੀ ਆ ਲੈ ਜਾ ਇਹਨਾਂ ਨੂੰ ਪਾਰਲਰ ਦੇ ਵਿੱਚ ਤੇ ਕਰਾਓ ਇਹਨਾਂ ਦਾ ਫੇਸ਼ੀਅਲ ਵਧੀਆ ਕਰਕੇ ਦੇਣਾ ਜੀ ਬਿਲਕੁਲ ਰਿਜ਼ਲਟ ਆਵੇ ਬਿਲਕੁਲ ਠੀਕ ਆ ਆ ਲੈ ਜਾਓ ਵਧੀਆ ਇਹਨਾਂ ਨੂੰ ਰਿਜ਼ਲਟ ਦੋ ਨਾਲੇ ਇਹਨਾਂ ਨੂੰ ਪਤਾ ਲੱਗੂਗਾ ਪਾਰਲਰ ਕਿੱਦਾਂ ਦਾ ਆਪਣਾ
ਹੋ ਗਿਆ ਦੀਦੀ, ਹੋ ਗਿਆ? ਹਾਂਜੀ। ਹਾਏ ਮੈਂ ਮਰ ਜਾ, ਮੇਰਾ ਤਾਂ ਰੰਗ ਹੀ ਬੜਾ ਲਿਸ਼ਕਾ ਮਾਰਨ ਡਿਆ ਵਾ। ਥੈਂਕ ਯੂ ਦੀਦੀ ਜੀ, ਤੁਸੀਂ ਤੇ ਮੇਰੇ ਮੂੰਹ ਦਾ ਹੋਰ ਟੋਰ ਕੱਢ ਦਿੱਤਾ। ਤੁਸੀਂ ਤਿਆਰ ਹੋਣਾ, ਕੁਛ ਵੀ ਹੇਅਰ ਦਾ ਟ੍ਰੀਟਮੈਂਟ ਕਰਾਉਣਾ ਹੋਵੇ ਇੱਥੋਂ ਕਰਾ ਸਕਦੇ ਜੇ। ਠੀਕ ਆ, ਕੋਈ ਗੱਲ ਨਹੀਂ, ਤਿਆਰ ਹੋਣਾ ਤੇ ਸਭ ਕੁਝ ਕਰਾ ਸਕਦੇ। ਕੋਈ ਗੱਲ ਨਹੀਂ, ਮੈਂ ਕਿਹਾ ਤੁਸੀਂ ਫਿਕਰ ਹੀ ਨਾ ਕਰੋ, ਕੋਈ ਵਿਆਹ ਸ਼ਾਦੀ ਆ ਗਏ ਜਾਂ ਕਿਤੇ ਵੀ ਜਾਣਾ ਹੋਵੇ ਨਾ, ਹੁਣ ਤੇ ਮੈਂ ਇੱਥੇ ਹੀ ਆਇਆ ਕਰੂੰਗੀ ਤਿਆਰ ਹੋਣ ਵਾਸਤੇ। ਜ਼ਰੂਰ। ਮੇਰਾ ਤਾਂ ਰੰਗ ਵੇਖ ਕੇ ਹੈਰਾਨ ਹੋਈ ਜਾਣ ਡੀ, ਕਿਉਂਕਿ ਮੈਂ ਤਾਂ ਸੋਹਣੀ ਬੜੀ ਲੱਗੀ ਜਾਣ ਡੀ। ਥੈਂਕ ਯੂ ਦੀਦੀ ਜੀ। ਹਾਂਜੀ, ਹੋ ਗਿਆ ਜੀ? ਹਾਂਜੀ ਹਾਂਜੀ ਭਾਜੀ, ਬੜਾ ਵਧੀਆ ਹੋਇਆ, ਵਧੀਆ ਲੱਗਾ। ਹਾਂਜੀ, ਵਧੀਆ ਗਲੋ ਆ ਗਿਆ ਵਾ ਉਦਾਂ ਤੇ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਹਾਂਜੀ ਭਾਜੀ, ਬੜਾ ਵਧੀਆ ਲੱਗਦਾ ਫੇਸ। ਹਾਂਜੀ, ਤੇ ਭਾਜੀ ਕਿੰਨੇ ਪੈਸੇ? ਉਹ 1200 ਰੁਪਏ ਤੁਹਾਡਾ ਕਿੱਟ ਦਾ ਜੀ। ਹਾਂਜੀ, ਤੇ 500 ਰੁਪਏ ਤੁਹਾਡਾ ਉਹਦਾ, 1700 ਰੁਪਏ ਆਇਆ ਟੋਟਲ। 1700, ਠੀਕ ਆ ਠੀਕ ਆ। ਤੇ ਤੁਹਾਨੂੰ 3 ਕੁ ਫੇਸ਼ੀਅਲ ਕਰਾਉਣੇ ਪੈਣੇ ਆ, ਇੱਕ ਤੁਸੀਂ ਕਰਾ ਲਿਆ। ਹਾਂਜੀ, ਤੇ 15-15 ਦਿਨਾਂ ਬਾਅਦ ਹੋਰ ਕਰਾਓ ਇੱਕ ਇੱਕ ਕਰਕੇ, ਠੀਕ ਹੈ? ਤੇ ਉਹ ਜੇ ਤੁਸੀਂ ਕਰਾਓਗੇ, ਜੇ ਤੁਸੀਂ ਆਪਣੀ ਕਿੱਟ ਲੈਣੀ ਆ ਤੇ ਤੁਹਾਨੂੰ 1200 ਦੀ ਕਿੱਟ ਪੈਣੀ ਹੈ ਤੇ 500 ਰੁਪਇਆ ਹੀ ਕਰਨ ਦਾ ਲਵਾਂਗੇ, ਤੇ ਜੇ ਤੁਸੀਂ ਸਾਡੇ ਕੋਲ ਕਰਾਓਗੇ ਤੇ ਆਪਾਂ ਤੁਹਾਨੂੰ 1000 ਰੁਪਏ 'ਚ ਕਰਕੇ ਦਿਆ ਕਰਾਂਗੇ ਫੇਸ਼ੀਅਲ। ਹਾਂਜੀ ਠੀਕ ਠੀਕ ਹੈ। ਇਹ ਦੇਖ ਲਓ ਜਿੱਦਾਂ ਭਾਜੀ, ਫਿਰ ਤੁਸੀਂ ਇੱਦਾਂ ਕਰੋ, ਹਾਂ ਕਿੱਟ ਰਹਿਣੀ ਦਿਓ ਤੇ ਮੈਂ ਉਹਦੇ 15-15 ਦਿਨਾਂ ਬਾਅਦ ਆ ਕੇ ਫੇਸ਼ੀਅਲ ਕਰਵਾ ਲਿਆ ਕਰਾਂਗੀ। ਠੀਕ ਆ, ਹੈਨਾ? ਠੀਕ ਆ ਠੀਕ, ਆ ਲਓ ਫਿਰ ਪੈਸੇ, ਆ ਲਓ। ਚਲੋ ਠੀਕ ਹੈ ਫਿਰ ਭਾਜੀ। ਠੀਕ ਆ ਜੀ, ਠੀਕ ਠੀਕ ਹੈ ਜੀ, ਠੀਕ ਆ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ, ਕੀ ਹਾਲ ਜੇ? ਵਧੀਆ ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਆਪਣੇ ਵੀ ਠੀਕ ਆ, ਵਧੀਆ। ਹੋਰ ਕੀ ਬਣ ਰਿਹਾ? ਕੁਛ ਨਹੀਂ, ਬਸ ਰੁੱਖਾਂ ਥੱਲੇ ਬੈਠੀ ਸੀ, ਛਾਵੇਂ ਬੱਤੀ ਨਹੀਂ ਆਉਣ ਦੀ, ਬੰਦ ਰਹਿੰਦੀ ਹੈ ਨਾ। ਕਣਕਾਂ ਕਰਕੇ ਬੰਦ ਹੋਣੀ ਆ ਨਾ। ਹਾਂਜੀ ਠੀਕ ਆ ਠੀਕ ਆ। ਤੇ ਫਿਰ ਕੰਮ ਕਿੱਦਾਂ ਚੱਲਦਾ ਵਾ? ਕੰਮ ਡਿਆ ਚੱਲਣ, ਕਰਨ ਦੇ ਪਲਸਤਰ ਹੁਣ ਤੇ। ਮੰਮੀ ਵੀ ਲਾ ਲੂ ਦਿੰਦੇ ਪਾਣੀ ਸਵੇਰੇ ਸਵੇਰੇ ਜਾ ਕੇ। ਹਾਂਜੀ, ਫਿਰ ਸ਼ਾਮਾਂ ਨੂੰ ਜਦੋਂ ਜਾਂਦੇ ਆ ਉਦੋਂ ਜਿਹੜੀਆਂ ਪਹਿਲੀਆਂ ਹੁੰਦੀਆਂ ਵਾ ਪਲਸਤਰ ਕੀਤੀਆਂ, ਉੱਥੇ ਆਪਾਂ ਪਾਣੀ ਪੂਣੀ ਪਾ ਦਿੰਨੀ ਆ ਮੈਂ ਤੇ ਮੰਮੀ ਰਲ ਕੇ। ਠੀਕ ਆ ਠੀਕ ਆ। ਤੇ ਉਹ ਕਿੰਨਾ ਕੁ ਹੋ ਗਿਆ ਕੰਮ ਪਲਸਤਰ ਦਾ ਤੇ ਕਿੰਨਾ ਕੁ ਰਹਿ ਗਿਆ? ਅੱਧੀ ਕੁ ਹੋ ਗਈ ਆ, ਅੱਧੇ ਵੱਧ ਬਸ ਥੋੜੇ ਚਿਰ ਰਹਿ ਗਿਆ, ਬੜੀ ਸਪੀਡ ਨਾਲ ਕੰਮ ਖਿੱਚਣ ਡਏ ਆ। ਠੀਕ ਆ ਠੀਕ ਆ, ਉਹ ਚੱਲ ਕਰਵਾਈ ਜਾਓ, ਕਾਂਗਾ ਮਹਿੰਗਾਈ ਵੀ ਹੋਈ ਜਾਂਦੀ ਆ ਮੁਰਕੇ। ਹਾਂਜੀ, ਨਹੀਂ ਇਹਨਾਂ ਨੇ ਛੇਤੀ ਕਰ ਦੇਣਾ ਸਾਰਾ ਕੰਮ, ਕਿਉਂਕਿ ਤੁਹਾਨੂੰ ਪਤਾ ਹੀ ਆ ਹੱਥ ਛੋਲਾ ਹੀ ਆ ਮਿਸਤਰੀਆਂ ਦਾ। ਅੱਛਾ, ਤੇ ਉਹ ਫਰਸ਼ਾਂ ਦਾ ਕਿੱਦਾਂ ਕਰਨਾ, ਪਾਉਣੇ ਆ ਫਰਸ਼ ਵੀ? ਪਵਾ ਹੀ ਲਈਏ ਫਿਰ, ਕਿੱਥੇ ਮੈਂ ਪੋਚੇ ਫੇਰਦੀ ਰਿਹਾ ਕਰੂੰਗੀ, ਹੁਣ ਤੇ ਖਲਾਰੇ ਪਏ ਹੀ ਆ, ਔਖੇ ਸੌਖੇ ਹੋ ਕੇ ਕੌੜਾ ਘੁੱਟ ਕਰ ਲੈਨੇ ਆ। ਕੌੜੇ ਘੁੱਟ ਲੱਗਦੇ ਫਿਰ ਵੱਧੇ ਜਾਣਾ ਵਾ ਮੁੜ ਕੇ ਥੋੜਾ ਥੋੜਾ। ਵਿਹੜੇ ਦੇ ਵਿੱਚ ਨਹੀਂ ਨਾ ਪਵਾਉਂਦੇ, ਵਿਹੜੇ 'ਚ ਕੱਚਾ ਹੀ ਰਹਿਣ ਦਾਂਗੇ ਤੇ ਅੰਦਰਾਂ 'ਚ ਪਵਾ ਲੈਨੇ ਆ, ਬਰਾਂਡੇ ਜਿਹੇ 'ਚ ਪਵਾ ਲੈਨੇ ਆ। ਠੀਕ ਚਲੋ ਕੋਈ ਨਹੀਂ, ਕਰਵਾ ਲਓ ਦੀ ਆਪਣੇ ਹਿਸਾਬ ਦੇ ਨਾਲ। ਤੇ ਹੋਰ ਮੰਮੀ ਦਾ ਕੀ ਹਾਲ ਆ? ਮੰਮੀ ਠੀਕ ਆ, ਤੇ ਮੇਰੀ ਗੱਲ ਸੁਣੋ। ਬੂਹੇ ਬਾਰੀਆਂ ਲਵਾ ਕੇ ਤੇ ਫੇਰ ਹੀ ਮੈਂ ਘਰ ਜਾਣਾ ਵਾ, ਇਹ ਨਾ ਹੋਵੇ ਮੁੜ ਕੇ ਹਨੇਰੀਆਂ ਦਾ ਖਲਾਰਾ ਸਾਰਾ ਅੰਦਰਾਂ 'ਚ ਵੜਦਾ ਰਵੇ ਤੇ ਉੱਥੇ ਮੁੜ ਕੇ ਰਸੋਈ 'ਚ ਕੰਮ ਵੀ ਨਹੀਂ ਹੋਇਆ ਕਰਨਾ। ਥੋੜ੍ਹਾ ਥੋੜ੍ਹਾ ਜਿਹੜਾ ਮੈਂ ਕੰਮ ਆ ਤੁਹਾਨੂੰ ਮੈਂ ਸਾਰਾ ਦੱਸ ਦਿੰਦੀ ਹਾਂ, ਇੱਕ ਥੋੜ੍ਹੀ ਜਿਹੀ ਰਸੋਈ ਮੈਨੂੰ ਮਤਲਬ ਥੋੜ੍ਹੀ ਜਿਹੀ ਸੈਲਫ ਤਿਆਰ ਕਰਵਾ ਦਿਓ,
ਤੇ ਇੱਕ ਬਾਰੀਆਂ ਬੂਵੇ ਮੇਨ ਮੇਨ ਲਵਾ ਲਈਏ ਕਿਉਂਕਿ ਮੁੜ ਕੇ ਤੁਹਾਨੂੰ ਪਤਾ ਹਨੇਰੀਆਂ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਨਾ ਮੈਨੂੰ ਪੁੱਛੀ ਜਾਂਦੀ ਆ ਕਰਨੀ ਤੇ ਤੂੰ ਆਪਣੀ ਮਰਜ਼ੀ ਆ ਜੋ ਜੋ ਤੇਰਾ ਜੀ ਕਰਦਾ ਵਾ ਤੇ ਕਰਵਾਈ ਜਾ ਮੈਨੂੰ ਤਾਂ ਸਿਰਫ ਤੂੰ ਦੱਸਣ ਡਈ ਆ ਕਿ ਆ ਮੈਂ ਕੰਮ ਕਰਵਾਉਣੇ ਆ ਸਿਰਫ ਮੇਰਾ ਤੇ ਨਾਲ ਆਉਣ ਡਈ ਆ ਹੁਣ ਓਹੋ ਮੈਂ ਤਾਂ ਦੱਸਣ ਡਈ ਆ ਤੁਹਾਨੂੰ ਕਿ ਜ਼ਰੂਰੀ ਜ਼ਰੂਰੀ ਜਿਹੜੇ ਕੰਮ ਆ ਨਾ ਉਹ ਕਰ ਲਈਏ ਫਿਰ ਪਤਾ ਤੁਸੀਂ ਕੀ ਕਹਿੰਦੇ ਹੁੰਦੇ ਆ ਤੁਹਾਨੂੰ ਜਨਾਨੀਆਂ ਨੂੰ ਪਹਿਲਾਂ ਇਹ ਗੱਲ ਦੱਸਣੀ ਚਾਹੀਦੀ ਸੀ ਅਸੀਂ ਕਿਹੜਾ ਘਰੇ ਕੰਮ ਕਰਨਾ ਹੁੰਦਾ ਅਸੀਂ ਤੇ ਇੱਥੇ ਪੈਸੇ ਕਮਾਉਣੇ ਆ ਤੇ ਸਾਡਾ ਤੇ ਕੰਮ ਆ ਪੈਸੇ ਦੇਣੇ ਤੁਹਾਨੂੰ ਠੀਕ ਆ ਤਾਂ ਤੇ ਮੈਂ ਕਹਿਣ ਡਿਆ ਵਾ ਹਾਂਜੀ ਹੋਰ ਮੰਮੀ ਦਾ ਕੀ ਹਾਲ ਵਾ ਮੰਮੀ ਠੀਕ ਨੇ ਵਧੀਆ ਵਾ ਤੇ ਬਾਕੀ ਕੱਢਿਆਂ ਦਾ ਹਾਂਜੀ ਬਾਕੀ ਕੱਢਿਆਂ ਦਾ ਮੈਂ ਉਹਨਾਂ ਦਾ ਕਿਦਾਂ ਬਾਕੀ ਕੱਢੇ ਵੀ ਇਦਾਂ ਹੀ ਤੈਨੂੰ ਪਤਾ ਹੀ ਆ ਤੁਹਾਨੂੰ ਪਹਿਲੇ ਵਾਲੇ ਲੱਸੇ ਪੜੇ ਹੀ ਆ ਅੱਛਾ ਹਾਂਜੀ ਕਿੱਦਾਂ ਬਚਾਉਣਗੀਆਂ ਘਰ ਨੂੰ ਕਿ ਜਾਂ ਫਿਰ ਰੰਗ ਭਾਗ ਲਾ ਦੇਣਗੀਆਂ ਇਹ ਤੇ ਹੁਣ ਟਾਈਮ ਹੀ ਦੱਸੂਗਾ ਬਈ ਕੀ ਕਰਦੀਆਂ ਹਾਂ ਇੱਕ ਦੇ ਤੇ ਘਰ ਪੈਰ ਨਹੀਂ ਲੱਗਦੇ ਉਹਦੇ ਉੱਡੀ ਰਹਿੰਦੀ ਹਰ ਵੇਲੇ ਬਸ ਐਨੂੰ ਉਹਨੂੰ ਪਤਾ ਨਹੀਂ ਉਹਨੂੰ ਕੀ ਚੱਕਰ ਚੜੇ ਆ ਅੱਛਾ ਤਾਂ ਵਿੱਕੀ ਨਾਲ ਕਰਨੀ ਨਾ ਗੱਲ ਕੀਤੀ ਆ ਗਾੜੀਆਂ ਫਿਰ ਕਹਿ ਦਿੰਦੀ ਆ ਮੰਮੀ ਨੂੰ ਤੂੰ ਲੁੱਤੀਆਂ ਲਾਉਣੀ ਮੇਰੇ ਬਾਰੇ ਖਿਲਾਫ ਮੇਰੇ ਗੱਲਾਂ ਕਰਦੀ ਉਹਨਾਂ ਦੇ ਨਾਲ ਬੋਲਣ ਲੱਗੀ ਵੀ ਨਾ ਵੇਖਦੀ ਫਿਰ ਚੱਲ ਕੋਈ ਗੱਲ ਨਹੀਂ ਮੈਂ ਕਰੂੰਗਾ ਗੱਲ ਵਿੱਕੀ ਨਾਲ ਚਲੋ ਕਰ ਲਿਓ ਜਿੱਦਾਂ ਗੱਲ ਕਰਨੀ ਹੋਊਗੀ ਤੁਸੀਂ ਚੱਲ ਮੈਂ ਵੀ ਅੱਜ ਰੈਸਟ ਦੇ ਉੱਤੇ ਹੀ ਨੀਂਦ ਬੜੀ ਆਈ ਰਾਤ ਕੰਮ ਕਰਦਾ ਰਿਹਾ ਠੀਕ ਹਾਂ ਮੈਂ ਚੱਲ ਫੋਨ ਲਾ ਲੈਣਾ ਵਾ ਠੀਕ ਆ ਸਿਹਤ ਵੱਲ ਵੀ ਧਿਆਨ ਦਿਆ ਕਰੋ ਇਕੱਲਾ ਪੈਸਿਆਂ ਵੱਲ ਹੀ ਨਹੀਂ ਕਿ ਓਵਰ ਟਾਈਮ ਕਰ ਕਰਕੇ ਤੇ ਆਪਣੀ ਸਿਹਤ ਵਿਗਾੜ ਲਓ ਤੈਨੂੰ ਪਤਾ ਤੇ ਆਏਗਾ ਜੀ ਜਦੋਂ ਘਰੋਂ ਹੁਣ ਨਿਕਲ ਆਏ ਆ ਤੇ ਫਿਰ ਹੁੰਦਾ ਕਿ ਚਲੋ ਡਰ ਕਮਾ ਲਈਏ ਠੀਕ ਆ ਚਲੋ ਫਿਰ ਠੀਕ ਆ ਚੰਗਾ ਫਿਰ ਹਾਂ ਹੁਣ ਮੇਰੀਆਂ ਡੰਗਾ ਅੱਖਾਂ ਬੰਦ ਹੁਣ ਨੀਂਦ ਦੇ ਨਾਲ ਸੌ ਜਾਓ ਚੰਗਾ ਬਾਏ 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 ਲਵ ਯੂ ਲਵ ਯੂ ਟੂ ਹਾਂ ਸੰਦੀਪ ਬੈਠੀ ਏ ਸਤਿ ਸ੍ਰੀ ਅਕਾਲ ਚਾਚੀ ਜੀ ਆ ਜਾਓ ਸਤਿ ਸ੍ਰੀ ਅਕਾਲ ਹੋਰ ਸੁਣਾ ਕੀ ਹਾਲ ਹੈ ਠੀਕ ਆ ਜੀ ਇੱਥੇ ਬੈ ਰਹੀ ਬਸ ਤੁਹਾਨੂੰ ਪਤਾ ਹੀ ਆ ਬੱਤੀਆਂ ਬੁੱਤੀਆਂ ਬੰਦ ਰਹਿੰਦੀਆਂ ਵਾ ਤਾਂ ਕਰਕੇ ਪਛਾਵੇਂ ਵਾਵਾ ਬਹਿ ਜਾਈਦਾ ਵਾ ਆਹੋ ਨਹੀਂ ਉਹਦੇ ਬਾਹਰ ਦੀ ਹਵਾ ਚੰਗੀ ਆ ਨਾਲ ਛਾਂ ਤੇਰੇ ਤੇ ਛਾਂ ਹੀ ਬੜੀ ਸੋਹਣੀ ਸੰਘਣੀ ਦੇ ਹਾਂਜੀ ਹੋਰ ਮੰਮੀ ਕਿੱਥੇ ਗਈ ਸੱਸ ਤੇਰੀ ਮੰਮੀ ਨਾ ਕਿਸੇ ਦਾ ਪਤਾ ਲੈਣ ਗਏ ਆ ਕੋਈ ਰਿਸ਼ਤੇਦਾਰ ਦੇ ਅੱਛਾ ਹਾਂਜੀ ਠੀਕ ਉਹ ਦਿਨ ਸੰਦੀਪ ਤੇਰੇ ਲੈਂਟਰ ਤੇ ਕੰਮ ਬੜਾ ਸੋਹਣਾ ਹੋਇਆ ਈ ਨਾਲੇ ਇੱਕ ਤਾਂ ਹੈ ਠੰਡਾ ਸੀ ਬਹੁਤ ਸੋਹਣਾ ਪੁੱਤਰ ਤੇਰਾ ਪ੍ਰੋਗਰਾਮ ਹੋਇਆ ਹੈ ਹਾਂਜੀ ਇਹ ਤੇ ਗੱਲ ਹੈਗੀ ਆ ਮੌਸਮ ਠੰਡਾ ਹੀ ਰਿਹਾ ਵੈਸੇ ਨਾ ਵਿੱਚੋਂ ਵਿੱਚ ਦਿਲ ਡਰਦਾ ਸੀ ਕਿਤੇ ਮੀਂਹ ਨਾ ਆ ਜੇ ਪਰ ਬਚਾ ਹੀ ਰਿਹਾ ਤੇ ਸੰਦੀਪ ਅਧਰਾਣੀਆਂ ਤੇਰੀਆਂ ਨਹੀਂ ਉੱਥੇ ਦੋਵੇਂ ਦਿਖੀਆਂ ਕਿ ਆਖਿਆ ਨਹੀਂ ਤੇ ਜਾਣ ਕੇ ਨਹੀਂ ਗਈਆਂ ਆਖਿਆ ਸੀ ਚਾਚੀ ਜੀ ਹੈਂ ਇੱਕ ਤੇ ਬਹਾਨਾ ਲਾਈ ਜਾਂਦੀ ਸੀ ਕਿ ਮੈਂ ਜੇ ਕੁਛ ਵੱਧ ਘੱਟ ਖਾ ਪੀ ਲਿਆ ਤੇ ਮੈਂ ਮਰੀ ਜਾਣਾ ਵਾਂ ਤੇ ਮੈਂ ਤਾਂ ਨਹੀਂ ਆਉਣਾ ਤੇ ਦੂਜੀ ਨੂੰ ਮੈਂ ਆਖਿਆ ਸੀ ਉਹ ਆਂਦੀ ਤੂੰ ਮੈਨੂੰ ਪੈਰ ਤੇ ਦੱਸਿਆ ਵਾ ਮੈਂ ਤੇ ਆਪਣੇ ਪੇਕੇ ਜਾਣਾ ਹਲੇ ਕਿ ਮੈਂ ਇੱਕ ਦਿਨ ਪਹਿਲਾਂ ਉਹਨੂੰ ਦੱਸਿਆ ਤੁਹਾਨੂੰ ਵੀ ਪਤਾ ਮਿਸਤਰੀਆਂ ਨੇ ਵੀ ਇੱਕ ਦਿਨ ਪਹਿਲਾਂ ਹੀ ਦੱਸਣਾ ਹੁੰਦਾ ਆਹੋ ਨਹੀਂ ਮਿਸਤਰੀ ਤੇ ਇੱਕ ਦਿਨ ਪਹਿਲਾਂ ਹੀ ਦੱਸਦੇ ਨੇ ਤੇ ਇਹ ਜੀ ਤੁਸੀਂ ਮੈਨੂੰ ਸਵਾਦ ਨਾਲ ਨਹੀਂ ਕਿਹਾ ਪਹਿਲਾਂ ਕਿਉਂ ਨਹੀਂ ਦੱਸਿਆ ਤੇ ਮੈਂ ਤੇ ਆਪਣੇ ਪੇਕਿਆਂ ਨੂੰ ਜਾਣਾ ਉਹ ਜਿੰਦਾ ਮਾਰ ਕੇ ਤੇ ਪੇਕਿਆਂ ਨਿਕਲ ਗਈ ਦੱਸ ਹੋਰ ਤੈਨੂੰ ਕਿਤਰਾ ਆਖਣਾ ਸੀ ਚੱਲ ਤੂੰ ਪੇਕੇ ਵੀ ਜਾਣਾ ਸੀ ਤੇ ਫੇਰਾ ਮਾਰ ਜਾਂਦੀਆਂ ਤੇ ਚੱਲ ਜਾਂਦੀਆਂ ਗੱਲ ਦੇ ਵਿੱਚੋਂ ਇਹ ਆ ਨਾ ਵੀ ਆਉਣਾ ਨਹੀਂ ਆ ਆਉਣਾ ਨਹੀਂ ਬਹਾਨੇ ਲਾਉਣੇ ਆ ਆਉਣਾ ਨਹੀਂ ਆ ਤੇ ਜੇ ਮੈਂ ਨਾ ਕਹਿੰਦੀ ਤੇ ਫਿਰ ਇਸੇ ਮੂੰਹ ਨਾਲ ਇਹਨਾਂ ਨੇ ਕਹਿਣਾ ਸੀ ਤੁਸੀਂ ਤੇ ਸਾਨੂੰ ਕਿਹਾ ਨਹੀਂ ਤੁਸੀਂ ਤੇ ਸਾਨੂੰ ਸੱਦਿਆ ਹੀ ਨਹੀਂ ਅਸੀਂ ਤੇ ਤਿਆਰ ਬੈਠੇ ਸੀ ਸਾਰੇ ਪਾਸੇ ਵਗ ਜਾਂਦੀਆਂ ਪਰ ਤੇਰੀ ਸੱਸ ਦੀ ਨਾ ਸਾਰੇ ਪਿੰਡ 'ਚ ਬੜੀ ਸਿਫਤ ਹੁੰਦੀ ਸੀ ਵੀ ਇਹਨੇ ਤਿੰਨੇ ਨੂੰਹਾਂ ਨਾ ਬੜੀਆਂ ਸੋਹਣੀਆਂ ਕੰਟਰੋਲ 'ਚ ਰੱਖੀਆਂ ਨੇ ਬੜੀਆਂ ਰੱਖੀਆਂ ਨੇ ਪਰ ਆ ਜਿਹੜੀਆਂ ਨਿੱਕੀਆਂ ਆਈਆਂ ਨੇ
ਇਹਨਾਂ ਦੇ ਤੁਹਾਡਾ ਘਰ ਖੇਰੂ ਖੇਰੂ ਕਰ ਛੱਡਿਆ। ਪਤਾ ਨਹੀਂ ਕਿਸ ਤਰ੍ਹਾਂ ਦੀਆਂ ਆਈਆਂ ਨੇ ਚਲਾਕਾਂ ਕਿਤੇ ਚੰਡਾਰਾਂ ਜੀਆਂ। ਹੁਣ ਕੀ ਕਰੀਏ ਚਾਚੀ ਜੀ, ਸਾਰੇ ਜਾਣੇ ਰਲ ਮਿਲ ਕੇ ਇੱਕ ਦੂਜੇ ਨੂੰ ਸਮਝਣ ਤੇ ਫੇਰ ਹੀ ਰਿਹਾ ਜਾਂਦਾ ਵਾ। ਜਦੋਂ ਕਿਸੇ ਦੀ ਕੋਈ ਸੋਚ ਵਾ ਕਿਸੇ ਦੀ ਕੋਈ ਆ, ਫੇਰ ਇਕੱਠਿਆਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ। ਇਹ ਤਾਂ ਗਲਤੀ ਹੈ ਤੇਰੇ ਵਾਲੇ, ਠੀਕ ਹੈ। ਹਾਂਜੀ, ਹੁਣ ਕੀ ਪਤਾ ਇਹਨਾਂ ਦੇ ਢਿੱਡਾਂ 'ਚ ਕੀ ਆ, ਕਿਹੜੇ ਵਹਿਮ ਪਾਲ ਕੇ ਬੈਠੀਆਂ ਵਾ, ਆਹ ਵੀ ਗੱਲ ਹੋ ਜਾਂਦੀ। ਆਹੋ, ਇਹ ਤਾਂ ਗੱਲ ਹੈਗੀ, ਉਹਨਾਂ ਦੀ ਸੋਚ ਹੀ ਹੈ ਨਾ। ਚਲੋ, ਇਹਦੇ ਵਿੱਚ ਅਸੀਂ ਕਿਹੜਾ ਹੁਣ ਕਿਸੇ ਦੇ ਨਾਲ ਧੱਕਾ ਕਰ ਸਕਦੇ ਹਾਂ ਇਕੱਠੇ ਰਹਿਣ ਦੇ ਵਿੱਚ। ਜੇ ਕੋਈ ਇਕੱਲਿਆਂ ਰਹਿ ਕੇ ਖੁਸ਼ ਆ ਤੇ ਰਹਿ ਕੇ ਵੇਖ ਲਵੇ ਜਿੱਦਾਂ ਕਿਸੇ ਦੀ ਖੁਸ਼ੀ। ਆਹੋ, ਇਹ ਤਾਂ ਗੱਲ ਹੈ ਹੀ ਹੈ। ਮੈਂ ਤਾਂ ਤੇਰੀ ਮੰਮੀ ਵੱਲ ਆਈ ਹਾਂ, ਉਹਦੇ ਨਾਲ ਮੈਨੂੰ ਕੰਮ ਸੀ, ਉਹ ਹੁਣ ਮੈਨੂੰ ਟੱਕਰ ਹੀ ਨਹੀਂ। ਚੱਲ ਫਿਰ ਮੈਂ ਮੁੜ ਕੇ ਕਿਤੇ ਆ ਜਾਵਾਂਗੀ। ਠੀਕ ਆ, ਤੇ ਬਹਿ ਜਾਓ, ਚਾਹ ਬਣਾਉਣੀ। ਨਹੀਂ ਪੁੱਤ, ਚਾਹ ਨਹੀਂ ਪੀਣੀ, ਫਿਰ ਕਿਤੇ ਪੀ ਲਾਂਗੇ।